ਇਹ ਜਿਹੜਾ ਬਾਬਾ ਜਾ ਰਿਹਾ ਸੀਗਾ ਆਪਣੇ ਘਰ ਵੱਲ ਨੂੰ ਇਹਨਾਂ ਨੇ ਰਸਤੇ ਦੇ ਵਿੱਚ ਉਹਨੂੰ ਮੋਟਰਸਾਈਕਲ ਮਾਰ ਕੇ ਸੁੱਟ ਲਿਆ ਤੇ ਉਸ ਤੋਂ ਬਾਅਦ ਉਸ ਤੇ ਕਿਰਪਾਨਾਂ ਡੰਗਿਆਂ ਨਾਲ ਹਮਲਾ ਕਰਕੇ ਉਹਨੂੰ ਬੁਰੀ ਤਰ੍ਹਾਂ ਵੜ ਦਿੱਤਾ ਸੀ। ਇਹ ਹੁਣ ਇਹਨਾਂ ਪੰਜਾਂ ਦੇ ਵਿੱਚੋਂ ਤਿੰਨ ਬੰਦੇ ਅਰੈਸਟ ਕਰ ਲਏ ਗਏ ਨੇ, ਇੱਕ ਬੰਦਾ ਮਲੇਸ਼ੀਆ ਚਲੇ ਗਿਆ ਤੇ ਪੰਜਵਾਂ ਅਸੀਂ ਮੋਸਟ ਪ੍ਰੋਬਬਲੀ ਸ਼ਾਮ ਤੱਕ ਉਹਨੂੰ ਵੀ ਅਸੀਂ ਅਰੈਸਟ ਕਰ ਲਵਾਂਗੇ। इसके जिहड़े फादर की मौत हुई है वह इस बाबे करके हुई है तो इसकी भैन का तीन बारी रिश्ता भी टुटिया, वह भी इन महसूस होता सी कि इस बाबे दिया हरकतों करके इसकी भैन का रिश्ते टुटे ने। तो जिस संबंध में इन्हें अपने दोस्तों नाल सलाह की, पंज नाल दे दोस्त इकट्ठे किए तो उस बाबे का बहुत ही बेरहमी नाल इन्होंने कतल कर दिया। जलंधर पुलिस ने अन्ने कतल की गुत्थी नूं सुलझाउण विच सफलता हासिल की है। जानकारी दिंदिया पुलिस ने दस्या कि उन्होंने नाकाबंदी दौरान एक मोटरसाइकिल नूं रोकिया अते पुछगिछ कीती गई। तनोजवान ने दस्या कि जादू टूणे नाल उसदे पिता दी मौत होण अते उसदी भैण दा रिश्ता तीन वार टुटण कारण उसने साथियों नाल मिल के कतल किया सी, जिस तों बाद पुलिस वल्लों तिन्नां नूं गिरफ्तार कर लिया अते बाकियां दी भाल लई छापेमारी शुरू कर दित्ती गई है। 16/7/19 की गल है कि भुपिंदर सिंह महिंदरपाल नाम का एक व्यक्ति का कतल हो गया सीगा, जिहड़ा कि टोटली ब्लाइंड केस सी, जिस बारे कोई भी क्ल्यू नहीं सी। असी एक स्पैशल टीम लाई हुई सी उस केस नूं ट्रेस करन लई, जिसनों हैड कर रहे सी साडे SPD सरबजीत जी, DSP नवनीत बाल ते SHO सदर नकोदर सिकंदर सिंह। इन्हां सारयां ने ही बहुत मेहनत करके टैक्निकल इन्हां ने हैल्प लई ते कुछ सोर्सिस तो भी इन्होंने इनफॉर्मेशन मिली, जिस दे विच इस कतल केस नूं ट्रेस करन दे विच इन्हां नूं कामयाबी मिली। उहदे विच पंज बंदे सीगे जिहड़े भुपिंदर सिंह, दीपा, मनदीप ते दो होर जिन्हां ने इस कतल नूं अंजाम दित्ता सीगा। इह जिहड़ा बाबा जा रिहा सीगा अपने घर वल नूं, इन्हां ने रास्ते दे विच उहनूं मोटरसाइकिल मार के सुट लिया ते उस तों बाद उस ते कृपाना डंगिआं नाल हमला करके उहनूं बुरी तरह वड़ दित्ता सीगा। ਇਹ ਹੁਣ ਇਹਨਾਂ ਪੰਜਾਂ ਦੇ ਵਿੱਚੋਂ ਤਿੰਨ ਬੰਦੇ ਅਰੈਸਟ ਕਰ ਲਏ ਗਏ ਨੇ, ਇੱਕ ਬੰਦਾ ਮਲੇਸ਼ੀਆ ਚਲੇ ਗਿਆ ਤੇ ਪੰਜਵਾਂ ਅਸੀਂ ਮੋਸਟ ਪ੍ਰੋਬਬਲੀ ਸ਼ਾਮ ਤੱਕ ਉਹਨੂੰ ਵੀ ਅਸੀਂ ਅਰੈਸਟ ਕਰ ਲਵਾਂਗੇ। ਜਿਹੜਾ ਬਾਹਰ ਗਿਆ ਉਸ ਦੇ ਖਿਲਾਫ ਵੀ ਅਸੀਂ LOC ਕੱਟ ਕੇ ਤੇ ਉਹਨੂੰ ਵੀ ਲਿਆਉਣ ਦੀ ਜਲਦੀ ਹੀ ਸ਼ੁਰੂਆਤ ਕਰਦਾ ਹੈ। ਤੇ ਇਹ ਕੇਸ ਇੱਕ ਬਲਾਈਂਡ ਮਰਡਰ, ਟੋਟਲੀ ਬਲਾਈਂਡ ਮਰਡਰ, ਜਿਸ ਦੇ ਵਿੱਚ ਕੋਈ ਵੀ ਕਲਿਊ ਨਹੀਂ ਸੀਗਾ। ਜਲੰਧਰ ਰੂਰਲ ਪੁਲਿਸ ਨੇ ਬੜੀ ਹੀ ਮਿਹਨਤ ਨਾਲ ਇਸ ਨੂੰ ਟਰੇਸ ਕੀਤਾ ਤੇ ਟਰੇਸ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਸਾਰਿਆਂ ਨੂੰ ਹੀ ਬਿਹਾਈਂਡ ਬਾਰਸ ਪੇ ਚਲੇ ਗਏ। ਇਹਨਾਂ ਨੇ ਕੋਈ ਲੁੱਟ ਵਗੈਰਾ ਵੀ ਕੀਤੀ ਦੋਸਤੋ? ਨਹੀਂ, ਹਜੇ ਤੱਕ ਤੇ ਕੋਈ ਲੁੱਟ ਵਾਲੀ ਗੱਲ ਨਹੀਂ ਸਾਹਮਣੇ ਆਈ। ਜੋ ਰੀਜ਼ਨ ਉਹ ਇਹ ਸੀਗਾ ਕਿ ਇਹਦਾ ਜਿਹੜਾ ਮੇਨ ਲੜਕਾ ਸੀਗਾ ਭੁਪਿੰਦਰ, ਇਸ ਨੂੰ ਇਹ ਗੱਲ ਮਹਿਸੂਸ ਹੋਈ ਕਿ ਇਸ ਦੇ ਜਿਹੜੇ ਫਾਦਰ ਦੀ ਮੌਤ ਹੋਈ ਹੈ ਉਹ ਇਸ ਬਾਬੇ ਕਰਕੇ ਹੋਈ ਹੈ ਤੇ ਇਸ ਦੀ ਭੈਣ ਦਾ ਤਿੰਨ ਵਾਰੀ ਰਿਸ਼ਤਾ ਵੀ ਟੁੱਟਿਆ, ਉਹ ਵੀ ਇਹਨੂੰ ਇਹ ਮਹਿਸੂਸ ਹੁੰਦਾ ਸੀ ਕਿ ਇਸ ਬਾਬੇ ਦੀਆਂ ਹਰਕਤਾਂ ਕਰਕੇ ਇਹਦੀ ਭੈਣ ਦਾ ਰਿਸ਼ਤੇ ਟੁੱਟੇ ਨੇ। ਤੇ ਜਿਸ ਸੰਬੰਧ ਦੇ ਵਿੱਚ ਇਹਨੇ ਆਪਣੇ ਦੋਸਤਾਂ ਨਾਲ ਸਲਾਹ ਕੀਤੀ, ਪੰਜ ਨਾਲ ਦੇ ਦੋਸਤ ਇਕੱਠੇ ਕੀਤੇ ਤੇ ਉਸ ਬਾਬੇ ਦਾ ਬਹੁਤ ਹੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਕਰ ਦਿੱਤਾ। ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ? ਨਹੀਂ, ਹਜੇ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ। ਯੰਗਸਟਰਸ ਨੇ ਬਿਲਕੁਲ ਹੀ 22-23 ਸਾਲ ਦੇ ਲੜਕੇ ਨੇ ਤੇ ਵੈਸੇ ਵੀ ਬਹੁਤੇ ਪੜ੍ਹੇ ਲਿਖੇ ਨਹੀਂ ਗਏ ਤੇ ਇਹ ਗੱਲ ਸਾਹਮਣੇ ਹਜੇ ਤੱਕ ਇਹੀ ਆਈ ਹੈ ਕਿ ਇਹਨਾਂ ਨੇ ਸਾਰਿਆਂ ਨੇ ਹਮਸਾਜਿਸ਼ ਹੋ ਕੇ ਤੇ ਬੜੀ ਹੀ ਕ੍ਰੂਅਲਟੀ ਨਾਲ ਇਸ ਬਜ਼ੁਰਗ ਦਾ, ਜਿਸ ਦਾ ਨਾਮ ਮਹਿੰਦਰਪਾਲ ਸੀਗਾ, ਉਸ ਦਾ ਕਤਲ ਕੀਤਾ। ਬਿਊਰੋ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ, ਮੁਫ਼ਤ ਸਮਾਧਾਨ।